बिस्मिल्लाह रहमान रहीम, अस्सलाम वालेकुम मुख्तरम बहन भाइयों, मैं हूं मुनव्वर, आप देख रहे हैं मेरा यूट्यूब चैनल मुनव्वर भी। अल्लाह ताला आपको खुश रखे, शाद व आबाद रखे। इसी दुआ के साथ आज का व्लॉग शुरू करते हैं। आज इस व्लॉग में मैं जा रहा हूं बाज़ार, कुछ सामान वगैरह लेना सी, और सब तो इम्पोर्टेंट सामान के साड़ी जूसर मशीन जड़ी सी वो ख़राब हो गई, और बेगम सभा ने कहा कि हर वक्त घर के जरूरत रही है कि जूसर मशीन नवी लैके आओ, और मैं जा रहा बाजार जूसर मशीन भी लवेंगे और कुछ और भी समान वगैरह जो है। फर्क रख गया मैं कपड़े धोती सा, फरहान दे पापा आ गए बाजारों, देखते हैं कि लैके आए हैं। ना खिंचना, दादे बू दी एक शान दी जी, शान दी केड़ी मशीन इधरों मिट्टा पिछे न करो ना, आ खिची जाता तो इधर डब्बे तस्वीर सी ना, क्या पापा पापा दवाने दाने लैके आए ना दम ना खार बेटा इतना खेल के खेल
2 साल की गारंटी मोटर दी। सही दूसरी मशीन अपनी चल दी सी इन्हें थले सुती है उदन दी तो पता नहीं उन्होंने की बन गया काम खराब कर दे ना कर ना कर पता खराब कर चीज नु खराब नहीं करी जांदा खाने इदा नहीं खाई तू तो होके खाई दे जा तो क्या आ तो क्या जो खरबूजा खा ला अद्धा तू खाना ते दादे बू खाना ते एक दूना बन गया काम ਇਹ ਵੀ ਉਸ ਸਮਾਂ ਲੋ ਐ ਦੇ ਕਾਰਡ ਮਸ਼ੀਨ ਦੇ ਪਾਪਾ ਜੀ ਮੈਂ ਖਾਇਆ ਵਾ ਇਹ ਮੈਂ ਖਾਇਆ ਪਾਪਾ ਜੀ 1000 ਰੁਪਏ ਲੱਗਿਆ ਹਾਂ ਆਹ ਮੱਖੀਆਂ ਨਹੀਂ ਤੁਸੀਂ ਕਹਿੰਦੇ ਸੀ ਦਵਾਈ ਲਿਆਉਣਾ ਦਾ ਮੱਖੀਆਂ ਵਾਸਤੇ ਦਵਾਈ ਲਿਆਉਣੀ ਸੀ ਮੱਖੀਆਂ ਹੈ ਬਹੁਤ ਆ ਗਈਆਂ ਹੁਣ ਮੱਖੀ ਪਤਾ ਹੀ ਨੂੰ ਰਹਿਣ ਦੇ ਬੰਦ ਕਰ ਛੱਪ ਇਹ ਤੂੰ ਖਰਾਬ ਕਰਦਾ ਤੂੰ ਨਹੀਂ ਕੋਈ ਖਾਇਆ ਮੱਖੀਆਂ ਵਾਸਤੇ ਦਵਾਈ ਮਿਲਦੀ ਹੈ ਹਾਂਜੀ ਹੁਣ ਮੈਂ ਅੱਗੇ ਵੀ ਯਾਦ ਕਰਦਾ ਮੈਂ ਕਿ ਦਵਾਈ ਲੈ ਕੇ ਆਉਣੀ ਸੀ ਲੇਕਿਨ ਨਹੀਂ ਇਹ ਚੰਗੀ ਜਿਹੀ ਦਵਾਈ ਲਿਆ ਇਹਨੇ ਬਹੁਤ ਹੁਣ ਨਾ ਮੌਸਮ ਜੀ ਆ ਹਾਂਜੀ ਮੱਖੀ ਦਾ ਜੀ ਅੱਗੇ ਫਿਰ ਖਾਣ ਲਈ ਕਹਿੰਦਾ ਮਮਾ ਜੀ ਹੁਣ ਮੈਂ ਨਹਾਈਆਂ ਕੀਤੀਆਂ ਤੇ ਮੱਖੀਆਂ ਫਿਰ ਉੱਤੇ ਬਹਿੰਦੀਆਂ ਮੈਂ ਕਿਹਾ ਮੱਖੀਆਂ ਹਰ ਚੀਜ਼ ਤੇ ਬਹਿੰਦੀਆਂ ਹੁਣ ਬਹੁਤ ਮੱਖੀ ਆ ਗਈ ਇਹਨੂੰ ਕਰਾਂਗੇ ਦਵਾਈ ਲਿਆ ਕੇ ਸਿੱਟ ਦਿਓ ਨਾ ਇਸ ਨੂੰ ਹਾਂਜੀ ਚੀਨੀ ਤਰ੍ਹਾਂ ਦਾ ਹੁੰਦੀ ਬਸ ਉਹ ਚਿੰਬੜਦੀਆਂ ਜਾਂਦੀਆਂ ਤੇ ਪੁੜਦੀਆਂ ਜਾਂਦੀਆਂ ਸਹੀ ਮਾਜੀਆਂ ਜਾਂਦੀਆਂ ਹਾਂ ਮਾਜੀਆਂ ਜਾਂਦੀਆਂ ਚਲੋ ਇਹ ਡੱਬਾ ਭਰ ਗਿਆ ਭਾਈ ਮੈਂ ਉਹ ਖਾਇਆ ਵਾ ਕੀ ਖਾਣਾ ਦੁਆ ਕਿਹੜਾ ਨਮਾਜ਼ ਦਾ ਵੀ ਟਾਈਮ ਹੋ ਗਿਆ ਹਨਾ ਅੱਬਾ ਜੀ ਨੇ ਆ ਕੇ ਫਿਰ ਨਮਾਜ਼ ਪੜ੍ਹਨੀ ਮਾਸ਼ਾਅੱਲਾ ਸ਼ਾਨ ਅਲੀ ਨੇ ਫੁੱਲ ਲਗਾਏ ਸੀ ਫੁੱਲ ਲੱਗਣ ਖਿਲਣ ਲੱਗ ਪਏ ਆ ਛੁੱਟੀਆਂ ਛੁੱਟੀਆਂ ਡੋਡੀਆਂ ਵੀ ਲੱਗੀਆਂ ਫਰਹਾਨ ਅਲੀ ਰੋਜ਼ ਪੈਪ ਚਲਾ ਕੇ ਅਤੇ ਪਾਣੀ ਲਾਉਂਦਾ ਇਹਨਾਂ ਨੂੰ ਭਰ ਦਿੰਦਾ ਟੋਇਆ ਇੱਧਰ ਵੀ ਪਾਣੀ ਰੋੜਿਆ ਬਹੁਤ ਹੀ ਕਿੱਚੜ ਕੀਤਾ ਹੈ ਟਾਈਮ ਹੋਏ ਆ ਤੇ ਨਾਲ ਹੀ ਆ ਗਿਆ।